पंजाब दे जलंधर तो एक बहुत ही मंदभागी खबर सामने आ रही है। दस दें कि कनेडा दे विच एक होर पंजाबी नौजवान की हार्ट अटैक के कारण मौत हो चुकी है। दरअसल यह नौजवान अपने चंगे भविख दे लई मैज कुछ दिन पहले ही अपनी वाइफ के कोल कनेडा विच गया सी, पर मैज हफ्ते विच ही इस नौजवान की डैथ हो जाती है, जिस दे बाजो इस मुंडे के घर वालों का ते होर अजीजा का रो रो के बहुत ही माड़ा हाल। अते हुण मैं तुहानू दसदा कि गगनदीप के घर वाले का की कुछ कहना। ਮੈਨੂੰ ਗਗਨ ਦਾ ਜਦੋਂ ਫੋਨ ਆਇਆ ਰਾਤ ਨੂੰ 9:30 ਆਇਆ ਤਾਂ ਮੇਰੀ ਵੀਡੀਓ ਕਾਲ ਹੋ ਰਹੀ ਸੀ ਉਹਦੇ ਨਾਲ, ਅਤੇ ਉਹ ਮੈਨੂੰ ਕਹਿੰਦੇ ਵੀ ਡੈਡੀ ਜੀ ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਵੀਕਨੈਸ ਮਹਿਸੂਸ ਹੁੰਦੀ, ਜਿੱਦਾਂ ਨੀਂਦ ਹੀ ਆਉਂਦੀ ਹੈ ਮੈਨੂੰ। ਮੈਂ ਕਿਹਾ ਵੀ ਚੱਲ ਥੱਕੇ ਆ ਰਿਹਾ ਹੋਣਾ, ਅੱਜ ਮੈਂ 15 ਮਿੰਟ ਗੱਲ ਕੀਤੀ ਹੈ। ਮੈਂ ਕਿਹਾ ਪੁੱਤਰ ਤੂੰ ਸੌਂ ਜਾ ਤਾਂ ਕੋਈ ਗੱਲ ਨਹੀਂ, ਅਤੇ ਪੂਰੇ 2:45 ਦੇ ਲਗਭਗ ਉਹਦੀ ਡੈਥ ਦੀ ਖਬਰ ਸਾਨੂੰ ਮਿਲ ਜਾਂਦੀ। ਕਿਸ ਤੋਂ ਫੋਨ ਆਇਆ? ਉਹ ਮੇਰੀ ਬੇਟੀ ਦਾ ਆਇਆ ਸੀ ਆਸਟ੍ਰੇਲੀਆ ਤੋਂ। ਕਿਆ ਤਾਂ ਉਸਨੇ ਇਹ ਕਿਹਾ ਜੀ ਡੈਡੀ ਜੀ ਗਗਨ ਸਾਡਾ ਸਾਨੂੰ ਛੱਡ ਕੇ, ਪਰ ਸਾਨੂੰ ਸੱਚ ਨਹੀਂ ਆਇਆ ਜੀ। ਅਸੀਂ ਤੇ ਬਸ ਕਨੇਡਾ ਤੋਂ ਫੋਨ ਕੀਤਾ ਜੀ, ਮੇਰੇ ਚਾਚੇ ਦਾ ਪੋਤਾ ਹੈ ਜੀ, ਉਹ ਕਹਿੰਦਾ ਚਾਚਾ ਜੀ